ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਆਪਣੀ ਅੰਜੂ, ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ। ਲੁਧਿਆਣਾ 'ਚ ਹਿੰਦੂ ਸ਼ਕਤੀ ਮੋਰਚਾ ਦੇ ਕੋਆਰਡੀਨੇਟਰ ਅਤੇ ਮੈਂਬਰ ਗਿੱਲ ਚੌਂਕ 'ਚ ਬਣੇ ਪੁੱਲ ਨੂੰ ਖਾਣ ਵਾਲੇ ਚੂਹਿਆਂ ਨੂੰ ਪਿੰਜਰੇ 'ਚ ਕੈਦ ਕਰਕੇ ਨਿਗਮ ਦੇ ਕਮਿਸ਼ਨਰ ਨੂੰ ਸੌਂਪਣ ਪਹੁੰਚੇ, ਜਿੱਥੇ ਉਹਨਾਂ ਨੇ ਕਮਿਸ਼ਨਰ ਨਾਲ ਮੁਲਾਕਾਤ ਕਰ ਚੂਹਿਆਂ ਨੂੰ ਸੁਲਾਖਾ ਕਰਨ ਲਈ। ਦਰਅਸਲ ਗਿੱਲ ਚੌਂਕ ਦੇ ਪੁੱਲ ਦੀ ਇੱਕ ਸਲੈਬ ਡਿੱਗ ਪਈ ਸੀ ਅਤੇ ਪ੍ਰਸ਼ਾਸਨ ਨੇ ਇਸਦਾ ਜ਼ਿੰਮੇਵਾਰ ਚੂਹਿਆਂ ਨੂੰ ਠਹਿਰਾਇਆ ਸੀ। ਇਸ ਤੋਂ ਬਾਅਦ ਸੋਮਵਾਰ ਨੂੰ ਹਿੰਦੂ ਮੋਰਚਾ ਦੇ ਮੈਂਬਰ ਦਿੱਤੇ ਬਿਆਨ ਦਾ ਮਜ਼ਾਕ ਉਡਾਉਂਦੇ ਹੋਏ ਨਿਗਮ ਕਮਿਸ਼ਨਰ ਦੇ ਦਫ਼ਤਰ ਪਹੁੰਚੇ। ਟੀਮ ਨੇ ਚੂਹੇ ਦੇ ਗਰੋਹ ਦਾ ਪਤਾ ਕੀਤਾ ਤੇ ਉਹਦੇ ਵਿੱਚੋਂ 3 ਸਦੱਸਿਆ ਅਸੀਂ ਕਾਬੂ ਕਰ ਲਏ ਨੇ, ਜਿਹਦੀ ਅਸੀਂ ਸਪੁਰਦਾਰੀ ਹੈ ਨਗਰ ਨਿਗਮ ਕਮਿਸ਼ਨਰ ਸਾਹਿਬ ਨੂੰ ਦੇਣ ਆਏ ਹਾਂ। ਔਰ ਅਸੀਂ ਅਪੀਲ ਕਰਦੇ ਹਾਂ ਕਿ ਨਗਰ ਨਿਗਮ ਕਮਿਸ਼ਨਰ ਸਾਹਿਬ ਵੀ ਇਹ ਜਾਣ ਕੇ ਖੁਸ਼ ਹੋਣਗੇ, ਉਹਨਾਂ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਖੁਸ਼ ਹੋਣਗੇ ਕਿ ਹੁਣ ਜਿਹੜੀ ਉਹਨਾਂ ਦੀ ਕਾਰਵਾਈ ਬੰਦੀ ਸੀ, ਜਿਹੜੇ ਅਫਸਰਾਂ ਨੇ ਪੁੱਲ ਬਣਾਇਆ ਸੀ, ਹੁਣ ਜਦਕਿ ਮੁਜਰਿਮ ਫੜੇ ਜਾ ਚੁੱਕੇ ਨੇ, ਤੇ ਹੁਣ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਆਪਣੇ ਜਿਹੜੇ ਅਫਸਰ ਨੇ, ਜਿਹੜੇ ਅਧਿਕਾਰੀ ਇਹਦੇ 'ਚ ਇਨਵੋਲਵ ਸੀਗੇ, ਉਹਨਾਂ ਨੂੰ ਕਲੀਨ ਚਿੱਟ ਦਿਓ। ਤੇ ਇਸ ਤੋਂ ਬਾਅਦ ਅਸੀਂ ਆਪਣੇ ਜਿਹੜਾ ਬੜੀ ਮਾਣ ਵਾਲਾ ਕੰਮ ਲੁਧਿਆਣਾ ਸ਼ਹਿਰ ਦੇ 'ਚ ਹੋਇਆ ਕਾਰਪੋਰੇਸ਼ਨ ਵੱਲੋਂ ਕਿ ਚੂਹੇ ਨੇ ਪੁੱਲ ਸਟਿਆ, ਅਸੀਂ ਇੱਕ ਐਪਲੀਕੇਸ਼ਨ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ 'ਚ ਵੀ ਭੇਜੀ ਹੈ ਤਾਂ ਕਿ ਲੁਧਿਆਣੇ ਦਾ ਨਾਮ ਉੱਥੇ ਵੀ ਰਜਿਸਟਰਡ। ਉਧਰ ਨਿਗਮ ਦੇ ਕਮਿਸ਼ਨਰ ਦਾ ਕਹਿਣਾ ਹੈ ਨਗਰ ਨਿਗਮ ਵੱਲੋਂ ਚੂਹਿਆਂ ਦਾ ਕੁੱਲ ਖਾਣ ਵਾਲਾ ਬਿਆਨ ਕਦੇ ਵੀ ਨਹੀਂ ਦਿੱਤਾ ਗਿਆ। ਕਾਰਪੋਰੇਸ਼ਨ ਵੱਲੋਂ ਕਦੇ ਵੀ ਨਹੀਂ ਕਿਹਾ ਗਿਆ ਕਿ ਚੂਹਿਆਂ ਕਰਕੇ ਹੋਇਆ। ਐਸਸੀ ਨੇ ਬੋਲਾ ਤਾਂ ਕਿਹੜੇ ਨਹੀਂ, ਇੱਕ ਚੀਜ਼ ਹੁੰਦੀ ਹੈ ਜਿਹੜੀ ਪ੍ਰੀਲਿਮਿਨਰੀ ਜੋ ਦੇਖ ਕੇ ਤੁਹਾਨੂੰ ਇਮੀਡੀਏਟਲੀ ਉੱਥੇ ਪਤਾ ਲੱਗਦਾ, ਠੀਕ ਹੈ ਨਾ। ਇੱਕ ਚੀਜ਼ ਹੁੰਦੀ ਹੈ ਇਨਕੁਆਇਰੀ ਤੋਂ ਬਾਅਦ ਫੈਕਟ ਸਾਹਮਣੇ ਆਉਂਦੇ ਨੇ, ਇਨਕੁਆਇਰੀ ਅਜੇ ਹੋਈ ਨਹੀਂ, ਅਸੀਂ ਪਹਿਲਾਂ ਕਿਵੇਂ ਕਹਿ ਦਈਏ। ਕਮਿਸ਼ਨਰ ਦਾ ਕਹਿਣਾ ਹੈ ਕਿ ਜਾਂਚ ਲਈ ਇੱਕ ਕਮੇਟੀ ਲਾਈ ਗਈ ਹੈ ਜਿਸ ਦੀ ਰਿਪੋਰਟ 15 ਦਿਨਾਂ ਬਾਅਦ ਆਵੇਗੀ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀ ਤੱਤ ਸਾਹਮਣੇ ਆ ਸਕਣਗੇ। ਹਾਂਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ, ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ।